ਮੈਂ ਹਰਦੀਪ ਕੌਰ U4 ਨਿਊਜ਼ ਤੋਂ ਪੇਸ਼ ਕਰਦੀ ਹਾਂ ਪੰਜਾਬੀ ਖਬਰਾਂ। ਹਰਚੋਵਾਲ ਭੇਟ ਪੱਤਿਆਂ ਰੋਡ, ਸੰਘ ਵਾਲੀ ਸੜਕ ਅਤੇ ਟੱਪਈ ਵਾਲੀ ਸੜਕ ਦੀ ਰਿਪੇਅਰ ਦਾ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੱਲੋਂ ਕੀਤਾ ਉਦਘਾਟਨ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਘ ਵਾਲੀ ਸੜਕ 2.50 ਕਿਲੋਮੀਟਰ ਤਕਰੀਬਨ 32 ਲੱਖ ਦੀ ਲਾਗਤ ਨਾਲ ਅਤੇ ਨਤਮੋਲਕ ਤੋਂ ਟੱਪਈ 5.50 ਕਿਲੋਮੀਟਰ, ਨੰਗਲ ਝੋਰ ਤੋਂ ਟੱਪਈ 3.60 ਕਿਲੋਮੀਟਰ ਅਤੇ ਟੱਪਈ ਤੋਂ ਡੇਰਾ ਹਰਬੰਸ ਸਿੰਘ 3.2 ਕਿਲੋਮੀਟਰ ਤਕਰੀਬਨ 92 ਲੱਖ ਦੀ ਲਾਗਤ ਨਾਲ ਰਿਪੇਅਰ ਹੋਣ ਜਾ ਰਹੀ ਹੈ। ਇਸ ਮੌਕੇ ਮਾਸਟਰ ਅਜਮੇਰ ਸਿੰਘ ਚਾਹਲ, ਸਤਪਾਲ ਸਿੰਘ ਔਲਖ, ਯਕੀਨ ਸਿੰਘ ਔਲਖ, ਡਾਕਟਰ ਮਿੰਟਾ ਟੱਪਈ, ਹਰਵਿੰਦਰ ਸਿੰਘ ਸਾਹ, ਹਰਮਨਦੀਪ ਸਿੰਘ ਰਿਆੜ, ਬੇਅੰਤ ਸਿੰਘ ਔਲਖ, ਜਤਿੰਦਰ ਸਿੰਘ ਔਲਖ, PA ਗੁਰਜੀਤ ਸਿੰਘ, PA ਗਗਨ, ਹਰਭਜਨ ਲਾਲ, ਅੰਗਰੇਜ਼ ਸਿੰਘ ਵਿਠਵਾ, ਹਰਵਿੰਦਰ ਸਿੰਘ ਰਾਣਾ, ਬੱਬੀ ਸਰਪੰਚ, ਅਮਰਜੀਤ ਸਿੰਘ ਰਿਆੜ, ਸੂਬੇਦਾਰ ਹਰਭਜਨ ਸਿੰਘ, ਯੂਸਫ ਮਸੀਹ, ਬੀਨੇ ਚੰਦ, ਜਰਨੈਲ ਮਸੀਹ, ਇਕਬਾਲ ਮਸੀਹ ਆਦਿ ਹਾਜ਼ਰ ਸਨ। ਬਹੁਤ ਇਤਿਹਾਸਿਕ ਸੜਕ ਮੰਨੀ ਗਈ ਹੈ ਕਿਉਂਕਿ ਇੱਥੇ ਹਰ ਸਾਲ ਜਦੋਂ ਬਾਬਾ ਨਾਨਕ ਦੇਵ ਜੀ ਦੇ ਪੁਰਬ ਨੂੰ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸੰਗਤ ਆਉਂਦੀ ਹੈ ਅਤੇ ਸੰਗਤ ਹਜ਼ਾਰਾਂ ਕੀ ਲੱਖਾਂ ਦੀ ਤਾਦਾਦ 'ਚ ਇੱਥੋਂ ਸੰਗਤ ਚੱਲਦੀ ਸੀ ਅਤੇ ਸੜਕ ਨੂੰ ਪੱਕਾ ਕਰਨਾ ਸਾਡਾ ਮੁੱਖ ਫਰਜ਼ ਸੀ, ਉਹ ਅਸੀਂ ਅੱਜ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਉਹ ਪੂਰਾ ਕੀਤਾ ਹੈ। ਮੈਂ ਔਰ ਮੇਰੇ ਸਾਰੇ ਸਾਥੀ ਕਾਂਗਰਸ ਪਾਰਟੀ ਦੇ ਵਰਕਰ ਸਾਹਿਬਾਨ ਅੱਜ ਇੱਥੇ ਮੌਜੂਦ ਨੇ। ਅੱਜ ਦੇ ਦਿਨ ਦੀ ਅਸੀਂ ਸਾਰੇ ਸਮੁੱਚੇ ਇਲਾਕੇ ਨੂੰ ਬਹੁਤ ਬਹੁਤ ਵਧਾਈ ਦੇ ਰਹੇ ਹਾਂ ਕਿਉਂ ਇਹ ਜਿਹੜੀਆਂ ਸੜਕਾਂ ਇਹਨਾਂ ਦੀ ਬਦੌਲਤ ਹੀ ਇਹ ਪਾਸ ਹੋਈਆਂ ਨੇ। ਇਹਨਾਂ ਨੇ ਆਪਣਾ ਇੱਥੋਂ ਸੇਵਾਦਾਰ ਚੁਣ ਕੇ ਭੇਜਿਆ ਔਰ ਅੱਜ ਅਸੀਂ ਮਿਹਨਤ ਕਰਕੇ ਇਹ ਸੜਕਾਂ ਪਾਸ ਕਰਕੇ ਲੈ ਕੇ ਆਏ ਹਾਂ। ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਹਲਕੇ ਦੀਆਂ ਜਿਹੜੀਆਂ ਦੂਸਰੀਆਂ ਸੜਕਾਂ ਨੇ ਉਹਨਾਂ ਦਾ ਵੀ ਆਪਾਂ ਨੀਂਹ ਪੱਥਰ ਰੱਖਣਾ ਹੈ ਔਰ ਸਾਰੇ ਹਲਕੇ ਦੀਆਂ ਸਮੁੱਚੀਆਂ ਜਿਹੜੀਆਂ ਪੁਰਾਣੀਆਂ ਸੜਕਾਂ ਸਨ ਜਿਹਨਾਂ 'ਤੇ ਕੋਈ ਨੁਕਸ ਨਹੀਂ ਪੈ ਚੁੱਕੀ ਉਹਨਾਂ ਨੂੰ ਪੂਰਾ ਕੰਪਲੀਟ ਕਰਾਂਗੇ।